ਨਮਸਕਾਰ। ਪ੍ਰੋਗਰਾਮ ਤਾਰੇ ਆਖਦੇ ਦੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਦੇ ਹਾਂ ਕਿ ਘਰ ਦੇ ਸਾਊਥ ਵੈਸਟ ਦੇ ਵਿੱਚ ਕਿਹੜੇ ਕਿਹੜੇ ਦੋਸ਼ ਹੁੰਦੇ ਆ ਅਤੇ ਕਿੱਦਾਂ ਕਿੱਦਾਂ ਉਹਨਾਂ ਦਾ ਨਿਵਾਰਨ ਕੀਤਾ ਜਾ ਸਕਦਾ ਹੈ। ਪਹਿਲੀ ਗੱਲ, ਘਰ ਦੇ ਸਾਊਥ ਵੈਸਟ ਦੇ ਵਿੱਚ ਕਦੀ ਵੀ ਬੋਰਿੰਗ ਜਾਂ ਕੋਈ ਪਾਣੀ ਦਾ ਸੋਰਸ ਨਹੀਂ ਹੋਣਾ ਚਾਹੀਦਾ। ਜਿੱਥੇ ਪਾਣੀ ਵੀ ਆਪਾਂ ਡੋਲਦੇ ਹਾਂ, ਜਿੱਥੇ ਜ਼ਮੀਨ ਦੇ ਥੱਲਿਓਂ ਵੀ ਪਾਣੀ ਕੱਢਦੇ ਹਾਂ ਅਤੇ ਘਰ ਦੇ ਵਿੱਚ ਸ਼ਾਂਤੀ ਨਹੀਂ ਰਹਿੰਦੀ, ਘਰ ਦਾ ਕੋਈ ਵੀ ਪ੍ਰਾਣੀ ਗਲਤ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਕੋਨੇ ਦੇ ਵਿੱਚ ਕਦੀ ਵੀ ਕਿਚਨ ਹੋਣਾ, ਟੋਇਲਟ ਹੋਣਾ, ਉਹ ਵੀ ਵਾਸਤੂ ਦੋਸ਼ ਦਾ ਨਿਰਮਾਣ ਕਰਦਾ ਹੈ। ਅਸੀਂ ਬਹੁਤ ਸਾਰੇ ਇੱਦਾਂ ਦੇ ਘਰ ਦੇਖੇ ਜਿਨ੍ਹਾਂ ਦੇ ਸਾਊਥ ਵੈਸਟ ਦੇ ਵਿੱਚੋਂ ਪਾਣੀ ਦਾ ਬੋਰ ਬਣਾਇਆ ਹੋਇਆ, ਉਸ ਘਰ ਦਾ ਕਰੋੜਾਂ ਰੁਪਇਆ ਬਰਬਾਦ ਹੋ ਜਾਂਦਾ ਅਤੇ ਉਹ ਸੜਕ 'ਤੇ ਆ ਜਾਂਦੇ ਆ। ਇਸ ਲਈ ਇਹ ਕੰਮ ਬਿਲਕੁਲ ਨਾ ਕਰੋ। ਫਿਰ ਸਾਊਥ ਵੈਸਟ ਨੂੰ ਕਦੀ ਵੀ ਖੁੱਲ੍ਹਾ ਨਹੀਂ ਛੱਡ ਸਕਦੇ, ਬਲਕਿ ਇਸ ਕੋਨੇ 'ਤੇ ਜਦੋਂ ਸੂਰਜ ਆਉਂਦਾ ਤਾਂ ਉਹਦੀਆਂ ਕਿਰਨਾਂ ਜਿਹੜੀਆਂ ਹੈ ਅਲਟਰਾ ਵਾਇਲਟ ਹੋ ਜਾਂਦੀਆਂ, ਜਿਹੜਾ ਕੈਂਸਰ ਦਾ ਕਾਰਨ ਬਣਦਾ ਹੈ। ਇਸ ਲਈ ਇਹਨੂੰ ਕਦੀ ਵੀ ਖੁੱਲ੍ਹਾ ਨਾ ਛੱਡੋ। ਇਸ ਕੋਨੇ ਦਾ ਕੱਟਿਆ ਹੋਣਾ, ਯਾਨੀ ਕਿ ਸਾਊਥ ਵੈਸਟ ਤੋਂ ਕੱਟ ਹੋ ਜਾਵੇ ਤਾਂ ਕਰਜ਼ਾ ਇੰਨਾ ਚੜ੍ਹ ਜਾਂਦਾ ਹੈ ਕਿ ਇਨਸਾਨ ਉਹਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਲਗਾ ਦਿੰਦਾ, ਲੇਕਿਨ ਉਹਦਾ ਕਰਜ਼ਾ ਖਤਮ ਨਹੀਂ ਹੋ ਪਾਉਂਦਾ ਅਤੇ ਜ਼ਿੰਦਗੀ 'ਚ ਕਦੇ ਵੀ ਅੱਗੇ ਵੱਧ ਨਹੀਂ ਪਾਉਂਦਾ। ਫਿਰ ਪਿਆਰੇ ਦਰਸ਼ਕੋ, ਰੰਗਾਂ ਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਹੈ ਕੋਣ ਦੇ ਵਿੱਚ ਨੀਲਾ, ਹਰਾ, ਲਾਲ ਰੰਗ ਜੇ ਦੇਖਦੇ ਹਾਂ ਇਸ ਕੋਨ ਦੇ ਵਿੱਚ, ਯਾਨੀ ਕਿ ਸਾਊਥ ਵੈਸਟ ਦੇ ਕੋਨੇ ਦੇ ਵਿੱਚ ਜੇ ਇਹ ਰੰਗ ਆ ਜਾਣ ਤਾਂ ਇਹ ਹਮੇਸ਼ਾ ਪਰੇਸ਼ਾਨੀ ਪੈਦਾ ਕਰਦੇ ਹਨ। ਇਹ ਰੰਗ ਸਾਡੇ ਮੂਲਾਧਾਰ ਚੱਕਰ ਯਾਨੀ ਕਿ ਰੂਟ ਚੱਕਰ ਦੇ ਨਾਲ ਸੰਬੰਧ ਰੱਖਦੇ ਆ, ਜਿਹੜੇ ਸਾਡੇ ਜੀਵਨ ਦੇ ਵਿੱਚ ਸਾਡੀ ਬੱਚਤ, ਸਾਡਾ ਪੈਸਾ, ਸੰਗਤੀ ਸਾਡੀ ਯਾਨੀ ਕੰਪਨੀ, ਪ੍ਰਸਿੱਧੀ, ਪੇਟ ਦੇ ਨੀਚੇ ਦੇ ਹਿੱਸੇ ਦੇ ਰੋਗ, ਬਿਜ਼ਨਸ ਦੇ ਵਿੱਚ ਘਾਟਾ, ਇਹਨਾਂ ਨਾਲ ਸੰਬੰਧ ਰੱਖਦੇ ਆ। ਇਸ ਲਈ ਜੇ ਅਸੀਂ ਦਕਸ਼ਿਨ ਪੱਛਮ ਦੇ ਵਿੱਚ ਨੀਲਾ, ਹਰਾ, ਲਾਲ ਰੰਗ ਕਰਤਾ ਤਾਂ ਫਿਰ ਸਮਝੋ ਮੁਸੀਬਤਾਂ ਨੂੰ ਅਸੀਂ ਦਾਵਤ ਦੇ ਦਿੱਤੀ ਹੈ। ਇਸ ਕੋਨੇ ਦੇ ਵਿੱਚ ਕੋਈ ਵੀ ਦੋਸ਼ ਹੋਵੇ ਤਾਂ ਦਿੱਕਤ ਜ਼ਰੂਰ ਆਉਂਦੀ ਹੈ, ਇਸ ਲਈ ਉਹਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਘਰ ਦੇ ਵਿੱਚ ਕਿਸੇ ਵੀ ਵਾਸਤੂ ਦੋਸ਼ ਨੂੰ ਦੂਰ ਕਰਨ ਤੋਂ ਪਹਿਲਾਂ ਸਾਊਥ ਵੈਸਟ ਦੇ ਦੋਸ਼ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦ ਤੱਕ ਇਹਦਾ ਦੋਸ਼ ਦੂਰ ਨਹੀਂ ਹੋਏਗਾ ਤਦ ਤੱਕ ਘਰ ਦੇ ਵਿੱਚ ਸਥਿਰਤਾ, ਘਰ ਦੇ ਵਿੱਚ ਸ਼ਾਂਤੀ ਪੈਦਾ ਹੋਏਗੀ ਨਹੀਂ। ਸੋ ਦੂਜੀ ਚੀਜ਼ ਹੈ ਕਿ ਸਾਊਥ ਵੈਸਟ ਨੂੰ ਆਪਾਂ ਹਮੇਸ਼ਾ ਹੀ ਭਾਰੀ ਬਣਾ ਕੇ ਰੱਖੀਏ, ਭਾਰਾ ਹੋਣਾ ਚਾਹੀਦਾ। ਤੀਜਾ, ਆਮ ਘਰ ਦੇ ਨਾਲੋਂ ਸਾਊਥ ਵੈਸਟ ਹਮੇਸ਼ਾ ਉੱਚਾ ਹੋਣਾ ਚਾਹੀਦਾ, ਇਹਦੀ ਉੱਚਾਈ ਬਹੁਤ ਹੋਣੀ ਚਾਹੀਦੀ ਹੈ। ਜੇ ਤੁਹਾਡਾ ਸਾਊਥ ਵੈਸਟ ਨੀਵਾਂ ਤਾਂ ਹਰ ਹਾਲ ਦੇ ਵਿੱਚ ਤੁਸੀਂ ਉਦੋਂ ਉਪਾਅ ਕਰਾਓ, ਨਹੀਂ ਤਾਂ ਕਿਸੇ ਵੀ ਹਾਲਤ ਦੇ ਵਿੱਚ ਲਾਈਫ ਦੇ ਵਿੱਚ ਰਾਈਜ਼ ਹੋਣਾ ਮੁਸ਼ਕਿਲ ਹੋ ਸਕਦਾ ਹੈ। ਸੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵਾਸਤੂ ਦੀ ਪ੍ਰੋਬਲਮ ਹੈਗੀ ਹੈ, ਸਾਡਾ ਵਿਜ਼ਿਟ ਵੀ ਕਰਾ ਸਕਦੇ ਆ, ਪਲੱਸ ਸਾਡੇ ਤੋਂ ਨਕਸ਼ਾ ਵੀ ਲਿਆ ਕੇ ਚੈੱਕ ਕਰਵਾ ਸਕਦੇ ਹੈ। ਸੋ ਜੇ ਤੁਹਾਨੂੰ ਇਹ ਅੱਜ ਦਾ ਟੋਪਿਕ ਵਧੀਆ ਲੱਗਿਆ ਤਾਂ ਤੁਸੀਂ ਸਾਡੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਅਤੇ ਸਾਡਾ ਜਿਹੜਾ ਚੈਨਲ ਹੈ ਐਸਟ੍ਰੋਲੋਜਰ ਸੁਖਮਿੰਦਰ ਲੁਧਿਆਣਾ ਇੰਡੀਆ ਯੂਟਿਊਬ 'ਤੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਨਾਲ ਹੀ ਨਾਲ ਪਿਆਰੇ ਦਰਸ਼ਕੋ, ਤੁਸੀਂ ਜਿਹੜਾ ਹੈ ਸਾਡੇ ਵਟਸਐਪ ਨੰਬਰ 9872620533 'ਤੇ ਸਾਡੇ ਨਾਲ ਐਡ ਵੀ ਹੋ ਸਕਦੇ ਹੋ, ਸਿਰਫ ਆਪਣਾ ਨਾਮ, ਸਿਟੀ ਨੇਮ, ਕੰਟਰੀ ਨੇਮ ਭੇਜ ਕੇ। ਉਸ ਤੋਂ ਬਾਅਦ ਸਾਡੇ ਬਹੁਤ ਸਾਰੇ ਅਪਡੇਟਸ ਤੁਹਾਡੇ ਕੋਲ ਟਾਈਮ ਟੂ ਟਾਈਮ ਪਹੁੰਚਦੇ ਰਹਿਣਗੇ। ਹੁਣ ਅੱਜ ਦਾ ਰਾਸ਼ੀਫਲ ਮੇਸ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਮੀਡੀਆ ਦੇ ਨਾਲ ਜੁੜੇ ਹੋਣ ਦੇ ਕਾਰਨ ਤੁਹਾਨੂੰ ਕਈ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ। ਜਦਕਿ ਵਰਿਸ਼ਠ ਰਾਸ਼ੀ ਵਾਲੇ, ਅੱਜ ਯਾਤਰਾ ਤੁਹਾਨੂੰ ਨੁਕਸਾਨ ਦੇ ਸਕਦੀ ਹੈ। ਮਿਥੁਨ ਰਾਸ਼ੀ ਵਾਲੇ ਸਿਹਤ ਦੇ ਪ੍ਰਤੀ ਜ਼ਿਆਦਾ ਜਾਗਰੂਕ ਹੋ ਸਕਦੇ ਹੈ। ਕਰਕ ਰਾਸ਼ੀ ਵਾਲੇ ਜਾਤਕਾਂ ਨੂੰ ਜਿਹੜਾ ਅੱਜ ਰਿਸ਼ਤੇਦਾਰੀ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ। ਸਿੰਘ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਨਾਮ ਮਾਨ ਸਨਮਾਨ ਖਰਾਬ ਹੋ ਸਕਦਾ ਹੈ। ਕੰਨਿਆ ਰਾਸ਼ੀ ਵਾਲੇ ਜਾਤਕ, ਅੱਜ ਵਹੀਕਲ ਨਵਾਂ ਲੈ ਸਕਦੇ ਹਨ। ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਜਿਹੜਾ ਹੈ ਦੂਰੋਂ ਦੂਰੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹੈ। ਵਰਿਸ਼ਚਿਕ ਰਾਸ਼ੀ ਵਾਲੇ, ਕਿਸਮਤ ਅੱਜ ਬਹੁਤ ਕੁਛ ਦੇ ਸਕਦੀ ਹੈ। ਧਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਮਾਨ ਸਨਮਾਨ ਹਰ ਪਾਸਿਓਂ ਮਿਲਿਆ ਰਹੇਗਾ। ਮਕਰ ਰਾਸ਼ੀ ਵਾਲੇ ਜਾਤਕ ਜਿਹੜੇ ਨੇ, ਅੱਜ ਤੁਸੀਂ ਜੋ ਵੀ ਕਿਸਮਤ ਤੋਂ ਚਾਹੋਗੇ ਮਿਲ ਸਕਦਾ ਹੈ। ਕੁੰਭ ਰਾਸ਼ੀ ਵਾਲੇ ਜਾਤਕਾਂ ਦੇ ਲਈ ਅੱਜ ਦਾ ਦਿਨ ਥੋੜ੍ਹਾ ਜਿਹਾ ਖਰਚੇ ਘੱਟ ਕਰਨ ਦਾ ਹੈ ਅਤੇ ਮੀਨ ਰਾਸ਼ੀ ਵਾਲੇ ਵੱਡੇ ਸਰਕਾਰੀ ਅਧਿਕਾਰੀਆਂ ਦੇ ਨਾਲ ਦੋਸਤੀ ਤੁਹਾਡੀ ਸਿਰੇ ਚੜ੍ਹਦੀ ਨਜ਼ਰ ਆਵੇਗੀ। ਸੋ ਬਹੁਤ ਸਾਰੇ ਦਰਸ਼ਕ ਪੁੱਛਦੇ ਆ, ਸੁਖਮਿੰਦਰ ਜੀ ਅਸੀਂ ਵੀ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਵਿਜ਼ਿਟ ਕਰਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਟਾਈਮ ਲੈ ਸਕਦੇ ਹੋ, ਫਿਰ ਆ ਕੇ ਮਿਲ ਸਕਦੇ ਹੋ ਜਾਂ ਟੈਲੀਫੋਨਿਕ ਅਪੁਆਇੰਟਮੈਂਟ ਵੀ ਲੈ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਐਸਟ੍ਰੋਲੋਜਰ ਸੁਖਮਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 9417020533 ਅਤੇ ਵਟਸਐਪ ਨੰਬਰ ਹੈ 9872620533। ਜਾਣ ਤੋਂ ਪਹਿਲਾਂ ਇਹੀ ਗੱਲ ਕਹਾਂਗੇ, ਸਭ ਤੋਂ ਵੱਡਾ ਦਰਸਾ ਮਾਤਾ,
ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜੀ ਦੇ ਦੱਸੇ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਵੀ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋ ਜਾਊਗੀ। ਤੀਆਂ ਨੂੰ ਕੁੱਖਾਂ 'ਚ ਨਾ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਤੁਹਾਡੇ ਸਾਰੇ ਹੀ ਸਿਤਾਰੇ ਬਹੁਤ ਜ਼ਿਆਦਾ ਵਧੀਆ ਹੋਣਗੇ। ਜੋਤਿਸ਼ ਇੱਕ ਕੈਲਕੂਲੇਟਡ ਸਾਇੰਸ ਹੈ, ਸੋ ਜੋਤਿਸ਼ ਦੇ ਨਾਂ 'ਤੇ ਵਹਿਮਾਂ ਭਰਮਾਂ 'ਚ ਬਿਲਕੁਲ ਨਾ ਪਾਓ। ਛੋਟੇ ਛੋਟੇ ਦਾਨ ਪੁੰਨ ਪਾਠ ਪੂਜਾ ਉਪਾਅ ਕਰਕੇ, ਇੱਕ ਰਤਨ ਪਾ ਕੇ, ਇੱਕ ਰੁਦਰਾਕਸ਼ ਪਾ ਕੇ, ਨਿਸ਼ਚਿਤ ਰੂਪ 'ਚ ਤੁਸੀਂ ਆਪਣੀ ਤਕਦੀਰ ਨੂੰ ਬਦਲ ਸਕਦੇ ਹੋ। ਸੋ ਜੇ ਤੁਸੀਂ ਬਹੁਤ ਸਾਰੇ ਹੋਰ ਜੋਤਿਸ਼ੀਆਂ ਨੂੰ ਦਿਖਾ ਕੇ ਹਾਰ ਚੁੱਕੇ ਹੋ ਤਾਂ ਇੱਕ ਵਾਰੀ ਜ਼ਰੂਰ ਆ ਕੇ ਸਾਨੂੰ ਮਿਲ ਸਕਦੇ ਹੋ। ਕੱਲ੍ਹ ਫਿਰ ਮਿਲਾਂਗੇ। ਨਮਸਕਾਰ।